ਤਾਂ ਮੋਹਾਲੀ ਫੇਸ 6 ਦੇ ਸਿਵਲ ਹਸਪਤਾਲ ਦੇ ਵਿੱਚ ਪੰਜਾਬ ਦੇ ਪਹਿਲੇ ਕਿਡਨੀ ਸਪੈਸ਼ਲਿਸਟ ਡਾਕਟਰ ਦੀ ਨਿਯੁਕਤੀ ਕੀਤੀ ਗਈ ਅਤੇ ਪਹਿਲਾਂ MD ਮੈਡੀਸਨ ਬਾਕੀ ਮਰੀਜ਼ਾਂ ਤੋਂ ਇਲਾਵਾ ਕਿਡਨੀ ਦੇ ਮਰੀਜ਼ਾਂ ਨੂੰ ਵੇਖਦੇ ਸਨ, ਪਰ ਹੁਣ ਕਿਡਨੀ ਮਾਹਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉੱਥੇ ਚੈੱਕਅਪ ਕਰਵਾ ਸਕਦਾ। ਪਹਿਲੇ ਜਿਹੜੇ ਭਰਤੀ ਹੋਏ ਨੇ ਨੈਫਰੋਲੋਜਿਸਟ ਡਾਕਟਰ ਅੰਕੁਰ ਚੌਧਰੀ ਨੇ, ਚੌਧਰੀ ਸਾਹਿਬ ਅਤੇ ਤੁਹਾਡੀ ਭਰਤੀ ਪਹਿਲੀ ਵਾਰੀ ਹੋਈ ਹੈ ਸਰਕਾਰੀ ਡਿਪਾਰਟਮੈਂਟ ਦੇ ਵਿੱਚ, ਕਿਸੇ ਵੀ ਕੋਈ ਨੈਫਰੋਲੋਜਿਸਟ ਜਿਹੜਾ ਹੈਗਾ ਉਹ ਸਰਕਾਰ ਨੇ ਪਹਿਲੀ ਵਾਰ ਰੱਖਿਆ, ਅਤੇ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ, ਤੁਸੀਂ ਕਿਸ ਤਰ੍ਹਾਂ ਦੱਸਣਾ ਆਪਣੀ ਪੋਸਟ ਨੂੰ ਡਿਫਾਈਨ ਕਰੋਗੇ? ਮੇਰਾ ਜੀ ਨਾਂ ਡਾਕਟਰ ਅੰਕੁਰ ਚੌਧਰੀ ਹੈ, ਠੀਕ ਹੈ। ਮੈਂ ਬੇਸਿਕਲੀ ਅਬੋਹਰ ਤੋਂ ਬਿਲੋਂਗ ਕਰਦਾ ਅਤੇ ਹੁਣ ਇੱਥੇ ਚੰਡੀਗੜ੍ਹ 'ਚ ਹੀ ਬੇਸਡ ਹਾਂ। ਮੈਂ PCMS ਤੋਂ ਹਾਂ 2011 ਤੋਂ, ਅਤੇ ਮੈਂ ਆਪਣੀ DM ਨੈਫਰੋਲੋਜੀ ਮਤਲਬ ਕਿਡਨੀ ਸਪੈਸ਼ਲਾਈਜੇਸ਼ਨ ਕੀਤੀ ਹੈ PGA ਚੰਡੀਗੜ੍ਹ ਤੋਂ, ਅਤੇ ਆਏ ਪਾਸਡ ਆਊਟ ਇਨ ਜਨਵਰੀ ਐਂਡ ਉਸ ਤੋਂ ਬਾਅਦ ਮੈਂ ਇੱਥੇ ਜੁਆਇਨ ਕੀਤਾ। ਸਰ ਇੱਕ ਗੱਲ ਕਹੀ ਜਾਂਦੀ ਕਿ ਤੁਸੀਂ ਪਹਿਲੇ ਮਤਲਬ ਕਿ ਨੈਫਰੋਲੋਜਿਸਟ ਹੋ ਜਿਹੜੇ ਕਿ ਸਰਕਾਰੀ ਕਿਸੇ ਹਸਪਤਾਲ ਦੇ ਵਿੱਚ ਭਰਤੀ ਕੀਤੇ ਗਏ? ਹਾਂਜੀ, ਹਾਲੇ ਤੱਕ ਜੀ। ਅਤੇ ਇਸ ਤੋਂ ਪਹਿਲਾਂ ਕੀ ਕੌਣ ਦੇਖਦਾ ਸੀ ਮਰੀਜ਼ਾਂ ਨੂੰ? ਨਹੀਂ, ਇਸ ਤੋਂ ਪਹਿਲਾਂ ਆਪਾਂ ਮੈਡੀਸਿਨ ਦੀ ਸਪੈਸ਼ਲਿਟੀ ਜੋ ਹੁੰਦੀ ਹੈ ਉਸਦੇ ਥਰੂ ਡਾਕਟਰ ਆਪਣੇ ਸਾਰੇ ਵੇਖਦੇ ਸੀ ਅਤੇ ਬਹੁਤ ਚੰਗੀ ਤਰ੍ਹਾਂ ਵੇਖਦੇ ਸੀ, ਅਤੇ ਮੈਂ ਵੀ ਪਹਿਲਾਂ ਮੈਡੀਸਿਨ ਦੇ ਵਿੱਚ ਹੀ ਸੀ। ਦੈਨ ਆਈ ਵੈਂਟ ਟੂ ਡੂ ਮਾਈ DM ਅਤੇ ਉਸ ਤੋਂ ਬਾਅਦ ਜਦੋਂ ਖਤਮ ਹੋਇਆ ਤਾਂ ਫਿਰ ਮੈਂ ਐਜ਼ ਅ ਸੁਪਰ ਸਪੈਸ਼ਲਿਸਟ ਮੈਂ ਹੁਣ ਇੱਥੇ ਪੋਸਟਡ ਹਾਂ। ਦੇਖੋ, ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਜਾਂ ਆਪਣੇ ਡਾਕਟਰ ਬਲਵੀਰ ਸਿੰਘ ਨੇ, ਤੁਹਾਡੇ ਹੈਲਥ ਮਿਨਿਸਟਰ, ਉਹਨਾਂ ਦੀ ਗੱਲ ਕਰੀਏ, ਉਹ ਕਹਿੰਦੇ ਸੀ ਕਿ ਅਸੀਂ ਜਿਹੜੇ ਕਿਡਨੀ ਦੀ ਬਿਮਾਰੀਆਂ ਵਾਸਤੇ ਜਿਹੜੇ ਮਹਾਂ ਡਾਕਟਰਾਂ ਨੂੰ ਜਲਦ ਭਰਤੀ ਕਰਨ ਜਾ ਰਹੇ ਹਾਂ, ਤਾਂ ਲਗਾਈਏ ਕਿ ਤੁਸੀਂ ਪਹਿਲੇ ਮਤਲਬ ਕਿ ਨੈਫਰੋਲੋਜਿਸਟ ਜਿਹੜੇ ਭਰਤੀ ਕਰ ਲਿੱਤੇ ਗਏ ਹੈ? ਉਹਨਾਂ ਦੀ ਮਿਹਰਬਾਨੀ ਕਰਕੇ ਮੈਂ ਅੱਜ ਇੱਥੇ ਹਾਂ, ਤੋ ਮਤਲਬ ਮੈਂ ਪਰਸਨਲੀ ਥੈਂਕ ਕਰਨਾ ਚਾਹਾਂਗਾ ਆਪਣੇ ਹੈਲਥ ਮਿਨਿਸਟਰ ਸਾਹਿਬ ਨੂੰ ਅਤੇ ਆਪਣੇ ਹੈਲਥ ਸੈਕਟਰੀ ਸਾਹਿਬ ਨੂੰ, ਅਤੇ ਅ ਬਿਗ ਥੈਂਕਸ ਟੂ ਡਾਕਟਰ ਚੀਮਾ ਸਰ ਐਜ਼ ਵੈਲ, ਜਿਨ੍ਹਾਂ ਨੇ ਮਤਲਬ ਸਪੈਸ਼ਲੀ ਮੈਨੂੰ ਇਤਨਾ ਐਫਰਟ ਕਰਕੇ ਇੱਥੇ ਲਿਆਂਦਾ। ਅਤੇ ਸਰ ਤੁਹਾਡੀ ਜੋਬ ਕਿਆ ਰਹੇਗੀ? ਆਪਾਂ ਜਿਹੜਾ ਪੇਸ਼ੈਂਟ ਹੈਗਾ ਕਿਡਨੀ ਦਾ, ਉਹਨੂੰ ਕਿੱਦਾਂ ਮਤਲਬ ਕਿ ਆਪਣੀ ਜੋਬ ਨਾਲ ਉਹ ਕਰਾਂਗੇ, ਉਹਨੂੰ ਫੈਸਿਲਿਟ ਕਰਾਂਗੇ ਜਾਂ ਕਿ ਉਹਨੂੰ ਰਾਹਤ ਦੇਵਾਂਗੇ ਅਸੀਂ? ਦੇਖੋ, ਮਤਲਬ ਮੇਰੀ ਜੋਬ ਐਜ਼ ਅ ਨੈਫਰੋਲੋਜਿਸਟ ਹੈਗੀ ਇੱਥੇ, ਤਾਂ ਇੱਥੇ ਆਪਾਂ ਇੱਕ ਤਾਂ ਮਤਲਬ OPD 'ਚ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਕਿਡਨੀ ਦੇ ਜੋ ਮਰੀਜ਼ ਆਉਂਦੇ ਨੇ, ਠੀਕ ਹੈ, ਉਹਨਾਂ ਨੂੰ ਆਪਾਂ OPD 'ਚ ਦੇਖਾਂਗੇ। ਇਹਦੇ ਵੱਲ ਮਤਲਬ ਜੇ ਆਪਾਂ ਨੂੰ ਲੱਗਦਾ ਕਿ ਕੋਈ ਪੇਸ਼ੈਂਟ ਨੂੰ ਐਡਮਿਸ਼ਨ ਦੀ ਜ਼ਰੂਰਤ ਹੈਗੀ ਹੈ ਤਾਂ ਉਹਨੂੰ ਆਪਾਂ ਐਡਮਿਟ ਕਰਕੇ ਉਸ ਤਰ੍ਹਾਂ ਉਹਨਾਂ ਟ੍ਰੀਟ ਕਰਾਂਗੇ। ਨਾਲ ਦੀ ਨਾਲ ਜੋ ਆਪਾਂ ਇੱਕ ਚੀਜ਼ ਆਲਰੇਡੀ ਸ਼ੁਰੂ ਕਰਤੀ ਆ, ਆਪਾਂ ਸਾਡੇ ਕੋਲ ਦੋ ਡਾਇਲਿਸਿਸ ਮਸ਼ੀਨਾਂ ਨੇ ਜੋ ਫੁੱਲੀ ਫੰਕਸ਼ਨਲ ਨੇ, ਉਸ 'ਤੇ ਕੀ ਹੈ ਕਿ ਆਪਾਂ ਜੋ ਪੇਸ਼ੈਂਟ ਨੇ ਜਿਨ੍ਹਾਂ ਨੂੰ ਰੋਜ਼ ਲੋੜ ਪੈਂਦੀ ਡਾਇਲਿਸਿਸ ਦੀ, ਹਫ਼ਤੇ 'ਚ ਜਿਵੇਂ 2 ਵਾਰੀ ਡਾਇਲਿਸਿਸ, 3 ਵਾਰੀ ਡਾਇਲਿਸਿਸ, ਉਹ ਇਸ ਵੇਲੇ ਆਪਣੇ ਕੋਲ 7 ਤੋਂ 8 ਪੇਸ਼ੈਂਟ ਨੇ ਜੋ ਜੁੜੇ ਹੋਏ ਨੇ ਨਾਲ, ਅਤੇ ਆਪਣੀ ਕੋਸ਼ਿਸ਼ ਇਹੀ ਹੈ ਕਿ ਅੱਗੇ ਹੌਲੇ ਹੌਲੇ ਕਰਕੇ ਇਹ ਨੰਬਰ ਆਫ ਪੇਸ਼ੈਂਟ ਆਪਾਂ ਵਧਾਵਾਂਗੇ। ਅਸੀਂ ਹੋਰ ਜੋ ਮਸ਼ੀਨਸ ਹੈ ਉਹਦੇ ਵਾਸਤੇ ਡਿਮਾਂਡ ਵੀ ਭੇਜ ਰੱਖੀ ਹੈ, ਐਂਡ ਹੋਪਫੁਲੀ ਮਤਲਬ ਇਨ ਕਮਿੰਗ ਟਾਈਮ ਅਸੀਂ ਇੱਕ ਬਹੁਤ ਚੰਗਾ ਅਤੇ ਸਟੇਟ ਆਫ ਦਾ ਆਰਟ ਨੈਫਰੋਲੋਜੀ ਸੈਂਟਰ ਇੱਥੇ ਖੋਲ੍ਹਣ ਦੀ ਮੇਰੀ ਪ੍ਰਯਾਸ ਰਹੇਗਾ। ਕਿਉਂਕਿ ਜਿੱਦਾਂ ਆਪਾਂ ਕਹੀਏ ਕਿ ਪਹਿਲਾਂ MD ਮੈਡੀਸਨ ਹੀ ਟ੍ਰੀਟ ਕਰਦੇ ਸੀਗੇ ਕਿਡਨੀ ਦੇ ਮਰੀਜ਼ਾਂ ਨੂੰ, ਜਾਂ ਆਪਾਂ ਕਈ ਜਿਹੜੇ ਗੁਰਦੇ ਫੇਲ ਹੁੰਦੇ ਉਹਨਾਂ ਮਰੀਜ਼ਾਂ ਨੂੰ, ਅਤੇ ਹੁਣ ਤੁਸੀਂ DM ਕੀਤੀ ਹੈ, ਤੁਸੀਂ DM ਨੈਫਰੋਲੋਜਿਸਟ ਹੋ, ਲੇਕਿਨ ਸਪੈਸ਼ਲਿਸਟ ਹੋ, ਤੁਸੀਂ ਸਿਰਫ ਉਸੇ ਮਰੀਜ਼ ਨੂੰ ਡੀਲ ਕਰੋਗੇ ਜਿਹੜੇ ਕਿ ਕਿਡਨੀ ਦੇ ਨੇ, ਪਰ ਜੋ MD ਮੈਡੀਸਨ ਸੀਗੇ ਉਹ ਸਾਰੇ ਮਰੀਜ਼ਾਂ ਨੂੰ ਦੇਖਦੇ ਸੀਗੇ? ਜੀ, ਬਿਲਕੁਲ ਸਹੀ ਜੀ, ਠੀਕ ਹੈ। ਹਾਂਜੀ, ਮਤਲਬ ਇਹਦੇ 'ਚ ਇਹੀ ਹੁੰਦਾ ਕਿ ਮਤਲਬ ਕਿਉਂਕਿ ਕਿਡਨੀ ਦੇ ਆਪਾਂ ਦੇਖਦੇ ਹਾਂ ਇੱਥੇ ਬਹੁਤ ਜ਼ਿਆਦਾ ਮਰੀਜ਼ ਆ ਚੁੱਕੇ ਨੇ ਆਪਣੇ ਕੋਲ, ਠੀਕ ਹੈ, ਪੇਸ਼ੈਂਟ ਨੂੰ ਸ਼ੂਗਰ ਹੈ, BP ਹੈ, ਕੁਝ ਵੀ ਹੈ, ਤਾਂ ਇਸ ਕਰਕੇ ਕਿਡਨੀ ਆਮ ਤੌਰ 'ਤੇ ਖਰਾਬ ਹੋ ਜਾਂਦੀਆਂ ਨੇ, ਅਤੇ ਆਪਣੇ ਕੋਲ ਇਸ ਤੋਂ ਪਹਿਲਾਂ ਕੋਈ ਵੀ ਸਪੈਸ਼ਲਿਸਟ ਨਹੀਂ ਸੀ ਜੋ ਇਨ ਪਰਟੀਕੁਲਰ ਕਿਡਨੀ ਵੱਲ ਧਿਆਨ ਦੇ ਸਕੇ, ਤਾਂ ਉਹ ਮੇਰਾ ਪ੍ਰਯਾਸ ਰਹੇਗਾ ਕਿ ਮੈਂ ਆ ਕੇ ਮਤਲਬ ਕਿਡਨੀਜ਼ ਵਾਲੇ ਜਿੰਨੇ ਮਰੀਜ਼ ਹੋ ਸਕੇ ਦਿਨ ਰਾਤ ਉਹਨਾਂ ਨੂੰ ਵੇਖਾਂ। ਅਤੇ ਦੂਜੀ ਗੱਲ, ਮਤਲਬ ਆਪਾਂ ਜੋ ਡਾਇਲਿਸਿਸ ਦਾ ਪ੍ਰੋਗਰਾਮ ਹੈ, ਜੋ ਪੈਰੀਟੋਨੀਅਲ ਡਾਇਲਿਸਿਸ ਦਾ ਪ੍ਰੋਗਰਾਮ ਹੈ, ਅੱਗੇ ਚੱਲ ਕੇ ਇਹਨੂੰ ਜਲਦ ਤੋਂ ਜਲਦ ਆਪਾਂ ਵਧਾਵਾਂ, ਅਤੇ ਜਿੰਨੀ ਆਪਾਂ ਸੇਵਾਵਾਂ ਫ੍ਰੀ ਆਫ ਕੋਸਟ ਗਵਰਨਮੈਂਟ ਦੇ ਥਰੂ ਦੇ ਸਕਦੇ ਹਾਂ ਆਮ ਜਨਤਾ ਨੂੰ, ਉਹ ਦਈਏ ਆਪਾਂ। ਕੈਮਰਾ ਪਰਸਨ ਪ੍ਰਮੋਦ ਸਿੰਘ ਦੇ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਮੋਹਾਲੀ। ਸਿਵਲ ਹਸਪੀਟਲ ਮੋਹਾਲੀ ਦੇ SMO ਡਾਕਟਰ HS ਚੀਮਾ ਸਾਡੇ ਨਾਲ ਨੇ। ਚੀਮਾ ਸਾਹਿਬ, ਪਹਿਲੀ ਵਾਰੀ ਜਿਹੜੇ ਹੈਗੇ ਨੇ DM ਨੈਫਰੋਲੋਜਿਸਟ ਦੀ ਜਿਹੜੀ ਹੈਗੀ ਹੈ
ਉਹ ਭਰਤੀ ਹੋਈ ਹੈ ਅਤੇ ਤੁਹਾਡੇ ਹੋਸਪਿਟਲ ਨੂੰ ਜਿਹੜੇ ਨੇ ਉਹ ਮਿਲੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਤੇ ਸਰਕਾਰ ਦਾ ਜਿਹੜਾ ਪ੍ਰਯਾਸ ਹੈ ਇਹਦੇ ਕਿੰਨਾ ਫਾਇਦਾ ਲੋਕਾਂ ਨੂੰ ਮਿਲਣ ਵਾਲਾ? ਸਰਕਾਰ ਦਾ ਬਹੁਤ ਵਧੀਆ ਪ੍ਰਯਾਸ ਹੈ ਇਹ, ਹੈਲਥ ਡਿਪਾਰਟਮੈਂਟ, ਸਾਡੇ ਮੰਤਰੀ ਸਾਹਿਬ, HM ਸਾਹਿਬ, ਸਾਡੇ ਸੈਕਟਰੀ ਸਾਹਿਬ ਦੀ ਬਹੁਤ ਵੱਡੀ ਸੋਚ ਹੈ ਵੀ ਇਹ ਜਿਹੜੇ ਹੋਸਪਿਟਲਸ ਹੈ ਇਹ ਗਰੀਬਾਂ ਵਾਸਤੇ, ਇਹਨਾਂ ਨੂੰ ਜਿੰਨੀ ਮੈਕਸੀਮਮ ਸਹੂਲਤ ਇੱਥੇ ਮਿਲ ਸਕੇ ਉਹ ਬਹੁਤ ਵਧੀਆ। ਇਸੇ ਮੁਹਿੰਮ ਦੇ ਤਹਿਤ ਸਾਡੇ ਕੋਲ ਡਾਕਟਰ ਇੱਕ DM ਨੈਫਰੋਲੋਜੀ PGI ਤੋਂ ਕੀਤੀ ਉਹਨਾਂ ਨੇ, ਉਹ ਸਾਡੇ ਕੋਲ ਸਰਕਾਰ ਨੇ ਭੇਜੇ ਹੈ, ਮੋਹਾਲੀ ਡਿਸਟ੍ਰਿਕਟ ਹੋਸਪਿਟਲ 'ਚ ਲਾਏ ਹੈ। ਅਤੇ ਇਹਨਾਂ ਦਾ ਹੁਣ ਜਿੰਨਾ ਡਾਇਲਿਸਿਸ ਇੱਥੇ ਹੋਏਗਾ, ਜਿੰਨੇ ਕਿਡਨੀ ਦੇ ਪੇਸ਼ੈਂਟਸ ਆਉਂਦੇ ਆ, ਉਹ ਅਸੀਂ ਇਹਨਾਂ ਨੂੰ ਸਪੈਸ਼ਲਿਸਟ OPD 'ਚ ਹੀ ਲਗਾਇਆ ਇਹਨਾਂ ਨੂੰ, ਤਾਂ ਕਿ ਇਹ ਸੁਪਰ ਸਪੈਸ਼ਲਿਟੀ ਦੇ ਜਿੰਨੇ ਪੇਸ਼ੈਂਟਸ ਕਿਡਨੀਜ਼ ਦੇ ਹੋਣਗੇ ਸਾਰੇ ਇਹੋ ਹੀ ਦੇਖਣਗੇ। 3 ਮਸ਼ੀਨਾਂ ਸਾਨੂੰ ਮੈਡੀਕਲ ਕਾਲਜ ਤੋਂ, ਡਾਕਟਰ BR ਅੰਬੇਦਕਰ ਮੈਡੀਕਲ ਕਾਲਜ ਤੋਂ ਮਿਲ ਰਹੀਆਂ, ਉਹ ਕਹਿੰਦੇ ਅਸੀਂ ਥੋੜ੍ਹੇ ਦਿਨਾਂ 'ਚ ਪ੍ਰੋਕਿਓਰ ਕਰ ਲੈਣਗੇ, ਤਾਂ ਕਿ 5 ਸਾਡੇ ਕੋਲ ਮਸ਼ੀਨਸ ਹੋ ਜਾਣਗੀਆਂ, ਉਹਦੇ ਨਾਲ ਇਹਨਾਂ ਦਾ ਫੁੱਲ ਫਲੈਜ ਡਿਪਾਰਟਮੈਂਟ ਬਣ ਜਾਏਗਾ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹਨਾਂ ਨੂੰ ਜਿਹੜੇ ਵੀ ਡਿਸਟ੍ਰਿਕਟ ਹੋਸਪਿਟਲ ਮੋਹਾਲੀ 'ਚ ਆਉਣਗੇ। ਅਤੇ ਪਹਿਲਾਂ ਇਸ ਤੋਂ ਪਹਿਲਾਂ ਕੌਣ ਦੇਖਦਾ ਸੀਗਾ ਜਿਹੜੇ ਕਿਡਨੀ ਦੇ ਪੇਸ਼ੈਂਟ ਹੁੰਦੇ ਸੀਗੇ, ਉਹਨੇ ਕੌਣ ਡਾਕਟਰ ਦੇਖਦੇ ਸੀਗੇ, ਅਤੇ ਜੇ ਹੁਣ ਇਹ ਡੈਡੀਕੇਟਡ ਡਾਕਟਰ ਹੋਣਗੇ ਤਾਂ ਉਸ ਤੋਂ ਪਹਿਲਾਂ ਕੌਣ ਦੇਖਦਾ ਸੀਗਾ? ਉਸ ਇਹਨਾਂ ਤੋਂ ਪਹਿਲਾਂ, ਆਮ ਤੋਂ ਪਹਿਲਾਂ ਮੈਡੀਸਨ ਦੇ ਡਾਕਟਰ ਜਿੰਨੇ ਸਾਡੇ ਕੋਲ ਹੈਗੇ ਸੀ ਉਹ ਕਿਡਨੀ ਦੇ ਪੇਸ਼ੈਂਟਸ ਦੇਖਦੇ ਸੀ, ਪਰ ਜਿਹੜੇ ਸਵੇਅਰ ਕਿਡਨੀ ਦੇ ਡਿਜ਼ੀਜ਼ ਹੁੰਦੀਆਂ ਸੀ ਉਹਨਾਂ ਨੂੰ ਸਾਨੂੰ ਰੈਫਰ ਕਰਨਾ ਪੈਂਦਾ ਸੀ PGI 'ਚ, ਪਰ ਹੁਣ ਇਹਨਾਂ ਦੇ ਆਉਣ ਨਾਲ ਅਸੀਂ ਰੈਫਰਲ 0 ਕਰਾਂਗੇ ਕਿਡਨੀ ਪੇਸ਼ੈਂਟਸ ਦਾ। ਅਤੇ ਇਹੋ 24 ਆਵਰਸ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਜਦੋਂ ਵੀ, ਜੇ ਰਾਤ ਨੂੰ ਵੀ, ਦਿਨੇ ਵੀ, ਜਦੋਂ ਵੀ ਪੇਸ਼ੈਂਟ ਆਊਗਾ ਇਹ ਆ ਕੇ ਉਸ ਮਰੀਜ਼ ਨੂੰ ਦੇਖ ਕੇ ਉਹਦਾ ਟ੍ਰੀਟਮੈਂਟ ਸ਼ੁਰੂ ਕਰਨਗੇ। ਮੈਡੀਸਨ ਮਰੀਜ਼ ਨੂੰ ਇੱਥੋਂ ਮਿਲ ਗਈ ਸਾਰੀ ਮਰੀਜ਼ ਨੂੰ? ਇਹਨਾਂ ਨੇ ਮੈਨੂੰ 10-15 ਮੈਡੀਸਨਸ ਦਿੱਤੀਆਂ ਜਿਹੜੀਆਂ ਕਿਡਨੀ ਰਿਲੇਟਡ ਪੇਸ਼ੈਂਟਸ ਦੇ ਨਾਲ ਉਹ ਖਰੀਦ ਕੇ ਦੇਣੀਆਂ ਇਹਨਾਂ ਨੂੰ ਅਸੀਂ, ਉਹ ਸਰਕਾਰ ਦੇ ਹੁਕਮਾਂ ਦੇ ਅਕੋਰਡਿੰਗਲੀ ਜੋ ਵੀ ਹੋਏਗਾ ਉਹਦਾ ਉਹ ਅਸੀਂ ਇਹਨਾਂ ਨੂੰ ਦੇਵਾਂਗੇ, ਇੱਥੇ ਅਵੇਲੇਬਲ ਕਰਾਂਗੇ। ਬਿਲਕੁਲ ਬਿਲਕੁਲ ਗੱਲ ਸਪਸ਼ਟ ਹੈ ਕਿ ਹੁਣ ਜਿਹੜੇ ਪੇਸ਼ੈਂਟ ਨੇ ਕਿਡਨੀ ਦੇ ਉਹ ਚੰਡੀਗੜ੍ਹ PGI ਜਾਂ ਚੰਡੀਗੜ੍ਹ ਦੇ 32 ਹੋਸਪਿਟਲ ਰੈਫਰ ਨਹੀਂ ਹੋਣਗੇ, ਉਹਨਾਂ ਦਾ ਇਲਾਜ ਸਿਵਲ ਹੋਸਪਿਟਲ ਫੇਸ 6 ਵਿੱਚ ਹੀ ਕੀਤਾ ਜਾਵੇਗਾ। ਕੈਮਰਾ ਪਰਸਨ ਪ੍ਰਮੋਦ ਸਿੰਘ ਦੇ ਨਾਲ ਮਨੋਜ ਜੋਸ਼ੀ, G Media, ਮੋਹਾਲੀ।